ਸਤਿ ਸ਼੍ਰੀ ਅਕਾਲ ਮੈਂ ਸਿਮਰਨ ਫੈਕਟ ਨਿਊਜ਼ ਬਾਲੀਵੁੱਡ ਚਿੰਗਾਰ ਦੇ ਵਿੱਚ ਤੁਹਾਡੇ ਸਭ ਦਾ ਸਵਾਗਤ ਕਰਦੀ ਹਾਂ ਦੋਸਤੋ ਗੱਲ ਕਰਾਂਗੇ ਸਿੱਧੂ ਮੂਸੇਵਾਲੇ ਦੀ ਮਰਹੂਮ ਕਲਾਕਾਰ ਸਿੱਧੂ ਮੂਸੇਵਾਲਾ ਭਾਵੇਂ ਸਾਡੇ ਵਿਚਕਾਰ ਨਹੀਂ ਹੈ ਪਰ ਅੱਜ ਵੀ ਉਹ ਆਪਣੇ ਫੈਨਸ ਦੇ ਦਿਲਾਂ ਵਿੱਚ ਜ਼ਿੰਦਾ ਨੇ ਆਏ ਦਿਨ ਹੀ ਸੋਸ਼ਲ ਮੀਡੀਆ ਤੇ ਉਹਨਾਂ ਦੀ ਕੋਈ ਨਾ ਕੋਈ ਪੁਰਾਣੀ ਤਸਵੀਰ ਜਾਂ ਵੀਡੀਓ ਫੈਨਸ ਵੱਲੋਂ ਸਾਂਝਾ ਕੀਤੀ ਜਾਂਦੀ ਹੈ ਜੋ ਕਿ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਵੈਲ ਉੱਥੇ ਹੀ ਗੱਲ ਕਰੀਏ ਸਟਾਰਸ ਦੀ ਤਾਂ ਕਈ ਸਟਾਰਸ ਵੀ ਸਿੱਧੂ ਦੇ ਨਾਲ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਦਿਖਾਈ ਦਿੰਦੇ ਨੇ ਹਾਲ ਫਿਲਹਾਲ ਹੀ ਨਿੰਜੇ ਦੀ ਗੱਲ ਕਰੀਏ ਤਾਂ ਨਿੰਜੇ ਨੇ ਇੱਕ ਖੁਲਾਸਾ ਕੀਤਾ ਹੈ ਕਿ ਸਿੱਧੂ ਨਾਲ ਰਿਕਾਰਡਡ ਗੀਤ ਉਹ ਨਹੀਂ ਕਰਨਾ ਚਾਹੁੰਦੇ ਰਿਲੀਜ਼ ਉਹਦਾ ਕੀ ਹੈ ਕਾਰਨ ਆਓ ਜਾਣਦੇ ਹਾਂ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਮਰਹੂਮ ਗਾਇਕ ਲਗਾਤਾਰ ਦਰਸ਼ਕਾਂ ਦੇ ਦਿਲਾਂ ਵਿੱਚ ਜ਼ਿੰਦਾ ਨੇ ਉਸ ਨਾਲ ਜੁੜੀਆਂ ਵੀਡੀਓਜ਼ ਤੇ ਤਸਵੀਰਾਂ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਛਾਈਆਂ ਰਹਿੰਦੀਆਂ ਨੇ ਇਸ ਤੋਂ ਇਲਾਵਾ ਫੈਨਸ ਅਤੇ ਫਿਲਮੀ ਸਿਤਾਰੇ ਅਕਸਰ ਮਰਹੂਮ ਗਾਇਕ ਨਾਲ ਜੁੜੀਆਂ ਪੋਸਟਾਂ ਸਾਂਝਾ ਕਰਦੇ ਰਹਿੰਦੇ ਨੇ ਹਾਲੇ ਵਿੱਚ ਸਿੱਧੂ ਮੂਸੇਵਾਲੇ ਨੂੰ ਲੈ ਪੰਜਾਬੀ ਗਾਇਕ ਨਿੰਜਾ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਦਰਅਸਲ ਪੰਜਾਬੀ ਗਾਇਕ ਨਿੰਜੇ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਨਾਲ ਆਪਣੇ ਰਿਕਾਰਡ ਗੀਤ ਦਾ ਖੁਲਾਸਾ ਕੀਤਾ ਹੈ ਜਦਕਿ ਕਲਾਕਾਰ ਵੱਲੋਂ ਉਹਨਾਂ ਰਿਕਾਰਡ ਕੀਤੇ ਗੀਤਾਂ ਨੂੰ ਰਿਲੀਜ਼ ਨਹੀਂ ਕੀਤਾ ਗਿਆ ਹੈ ਆਖਿਰ ਅਜਿਹਾ ਕਿਉਂ ਹੈ ਇਸ ਬਾਰੇ ਨਿੰਜਾ ਨੇ ਹਾਲ ਹੀ ਦੇ ਵਿੱਚ ਇੱਕ ਖਾਸ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਇਸ ਗੱਲ ਦਾ ਖੁਲਾਸਾ ਕਰ ਨਿੰਜਾ ਨੇ ਦੱਸਿਆ ਕਿ ਅਸੀਂ ਕਰੰਟ ਮੋਹਾਲੀ ਮਿਲੇ ਅਸੀਂ ਉਸ ਸਮੇਂ ਸ਼ਾਮ ਨੂੰ ਸਟੂਡੀਓ ਗਏ 9 ਵਜੇ ਅਸੀਂ 10 ਗਾਣਿਆਂ ਦੀ ਈਪੀ ਤਿਆਰ ਕਰ ਲਈ ਸੀ ਮੈਂ ਜਦੋਂ ਹੁਣ ਈਪੀ ਸੁਣਦਾ ਹਾਂ ਤਾਂ ਮੇਰਾ ਦਿਲ ਨਹੀਂ ਕਰਦਾ ਕਿ ਕਿਵੇਂ ਉਸ ਚੀਜ਼ ਨੂੰ ਕਰਾਂ ਉਹਨਾਂ ਕਿਹਾ ਕਿ ਮੈਨੂੰ ਅਧੂਰਾਪਨ ਜਿਹਾ ਲੱਗਦਾ ਹੈ ਕਿਉਂਕਿ ਹਰ ਚੀਜ਼ ਬਿਜ਼ਨਸ ਨਹੀਂ ਹੁੰਦੀ ਇਹ ਵੀਡੀਓ ਕਲਿੱਪ ਸਿਰਫ ਪੰਜਾਬੀਅਤ ਨੇ ਆਪਣੇ ਇੰਸਟਾ ਪੇਜ ਤੋਂ ਸ਼ੇਅਰ ਕੀਤੀ ਹੈ ਕਾਬਲੇ ਗੌਰ ਹੈ ਕਿ ਗਾਇਕ ਨਿੰਜਾ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਜਿਸ 'ਚ ਸ਼ੇਰਾਂ ਦੇ ਸ਼ਿਕਾਰ ਕੱਲਾ ਚੰਗਾ ਆਦਤ ਰੋਈਨਾ ਜਿੰਨੇ ਸਾ ਸਣੇ ਕਈ ਗੀਤ ਸ਼ਾਮਿਲ ਨੇ ਕਲਾਕਾਰ ਵੱਲੋਂ ਗਾਏ ਹਰ ਗੀਤ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਇਸ ਤੋਂ ਇਲਾਵਾ ਨਿੰਜਾ ਆਪਣੀ ਅਦਾਕਾਰੀ ਨਾਲ ਵੀ ਦਰਸ਼ਕਾਂ ਦਾ ਮਨ ਮੋਹ ਚੁੱਕੇ ਨੇ ਦੱਸ ਦਈਏ ਕਿ ਬਹੁਤ ਜਲਦ ਨਿੰਜਾ ਫਿਲਮ ਰਾਜਾ ਰਾਣੀ ਵਿੱਚ ਦਿਖਾਈ ਦੇਣਗੇ ਇਹ ਫਿਲਮ 27 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ ਸਤਿ ਸ਼੍ਰੀ ਅਕਾਲ ਮੈਂ ਸਿਮਰਨ ਫੈਕਟ ਨਿਊਜ਼ ਬਾਲੀਵੁੱਡ ਚਿੰਗਾਰ ਦੇ ਵਿੱਚ ਤੁਹਾਡੇ ਸਭ ਦਾ ਸਵਾਗਤ ਕਰਦੀ ਹਾਂ ਦੋਸਤੋ ਗੱਲ ਕਰਾਂਗੇ ਸਿੱਧੂ ਮੂਸੇਵਾਲੇ ਦੀ ਮਰਹੂਮ ਕਲਾਕਾਰ ਸਿੱਧੂ ਮੂਸੇਵਾਲਾ ਭਾਵੇਂ ਸਾਡੇ ਵਿਚਕਾਰ ਨਹੀਂ ਹੈ ਪਰ ਅੱਜ ਵੀ ਉਹ ਆਪਣੇ ਫੈਨਸ ਦੇ ਦਿਲਾਂ ਵਿੱਚ ਜ਼ਿੰਦਾ ਨੇ ਆਏ ਦਿਨ ਹੀ ਸੋਸ਼ਲ ਮੀਡੀਆ ਤੇ ਉਹਨਾਂ ਦੀ ਕੋਈ ਨਾ ਕੋਈ ਪੁਰਾਣੀ ਤਸਵੀਰ ਜਾਂ ਵੀਡੀਓ ਫੈਨਸ ਵੱਲੋਂ ਸਾਂਝਾ ਕੀਤੀ ਜਾਂਦੀ ਹੈ ਜੋ ਕਿ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਵੈਲ ਉੱਥੇ ਹੀ ਗੱਲ ਕਰੀਏ ਸਟਾਰਸ ਦੀ ਤਾਂ ਕਈ ਸਟਾਰਸ ਵੀ ਸਿੱਧੂ ਦੇ ਨਾਲ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਦਿਖਾਈ ਦਿੰਦੇ ਨੇ ਹਾਲ ਫਿਲਹਾਲ ਹੀ ਨਿੰਜੇ ਦੀ ਗੱਲ ਕਰੀਏ ਤਾਂ ਨਿੰਜੇ ਨੇ ਇੱਕ ਖੁਲਾਸਾ ਕੀਤਾ ਹੈ ਕਿ ਸਿੱਧੂ ਨਾਲ ਰਿਕਾਰਡਡ ਗੀਤ ਉਹ ਨਹੀਂ ਕਰਨਾ ਚਾਹੁੰਦੇ ਰਿਲੀਜ਼ ਉਹਦਾ ਕੀ ਹੈ ਕਾਰਨ ਆਓ ਜਾਣਦੇ ਹਾਂ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਮਰਹੂਮ ਗਾਇਕ ਲਗਾਤਾਰ ਦਰਸ਼ਕਾਂ ਦੇ ਦਿਲਾਂ ਵਿੱਚ ਜ਼ਿੰਦਾ ਨੇ ਉਸ ਨਾਲ ਜੁੜੀਆਂ ਵੀਡੀਓਜ਼ ਤੇ ਤਸਵੀਰਾਂ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਛਾਈਆਂ ਰਹਿੰਦੀਆਂ ਨੇ ਇਸ ਤੋਂ ਇਲਾਵਾ ਫੈਨਸ ਅਤੇ ਫਿਲਮੀ ਸਿਤਾਰੇ ਅਕਸਰ ਮਰਹੂਮ ਗਾਇਕ ਨਾਲ ਜੁੜੀਆਂ ਪੋਸਟਾਂ ਸਾਂਝਾ ਕਰਦੇ ਰਹਿੰਦੇ ਨੇ ਹਾਲੇ ਵਿੱਚ ਸਿੱਧੂ ਮੂਸੇਵਾਲੇ ਨੂੰ ਲੈ ਪੰਜਾਬੀ ਗਾਇਕ ਨਿੰਜਾ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਦਰਅਸਲ ਪੰਜਾਬੀ ਗਾਇਕ ਨਿੰਜੇ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਨਾਲ ਆਪਣੇ ਰਿਕਾਰਡ ਗੀਤ ਦਾ ਖੁਲਾਸਾ ਕੀਤਾ ਹੈ ਜਦਕਿ ਕਲਾਕਾਰ ਵੱਲੋਂ ਉਹਨਾਂ ਰਿਕਾਰਡ ਕੀਤੇ ਗੀਤਾਂ ਨੂੰ ਰਿਲੀਜ਼ ਨਹੀਂ ਕੀਤਾ ਗਿਆ ਹੈ ਆਖਿਰ ਅਜਿਹਾ ਕਿਉਂ ਹੈ ਇਸ ਬਾਰੇ ਨਿੰਜਾ ਨੇ ਹਾਲ ਹੀ ਦੇ ਵਿੱਚ ਇੱਕ ਖਾਸ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਇਸ ਗੱਲ ਦਾ ਖੁਲਾਸਾ ਕਰ ਨਿੰਜਾ ਨੇ ਦੱਸਿਆ ਕਿ ਅਸੀਂ ਕਰੰਟ ਮੋਹਾਲੀ ਮਿਲੇ ਅਸੀਂ ਉਸ ਸਮੇਂ ਸ਼ਾਮ ਨੂੰ ਸਟੂਡੀਓ ਗਏ 9 ਵਜੇ ਅਸੀਂ 10 ਗਾਣਿਆਂ ਦੀ ਈਪੀ ਤਿਆਰ ਕਰ ਲਈ ਸੀ ਮੈਂ ਜਦੋਂ ਹੁਣ ਈਪੀ ਸੁਣਦਾ ਹਾਂ ਤਾਂ ਮੇਰਾ ਦਿਲ ਨਹੀਂ ਕਰਦਾ ਕਿ ਕਿਵੇਂ ਉਸ ਚੀਜ਼ ਨੂੰ ਕਰਾਂ ਉਹਨਾਂ ਕਿਹਾ ਕਿ ਮੈਨੂੰ ਅਧੂਰਾਪਨ ਜਿਹਾ ਲੱਗਦਾ ਹੈ ਕਿਉਂਕਿ ਹਰ ਚੀਜ਼ ਬਿਜ਼ਨਸ ਨਹੀਂ ਹੁੰਦੀ ਇਹ ਵੀਡੀਓ ਕਲਿੱਪ ਸਿਰਫ ਪੰਜਾਬੀਅਤ ਨੇ ਆਪਣੇ ਇੰਸਟਾ ਪੇਜ ਤੋਂ ਸ਼ੇਅਰ ਕੀਤੀ ਹੈ ਕਾਬਲੇ ਗੌਰ ਹੈ ਕਿ ਗਾਇਕ ਨਿੰਜਾ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਜਿਸ 'ਚ ਸ਼ੇਰਾਂ ਦੇ ਸ਼ਿਕਾਰ ਕੱਲਾ ਚੰਗਾ ਆਦਤ ਰੋਈਨਾ ਜਿੰਨੇ ਸਾ ਸਣੇ ਕਈ ਗੀਤ ਸ਼ਾਮਿਲ ਨੇ ਕਲਾਕਾਰ ਵੱਲੋਂ ਗਾਏ ਹਰ ਗੀਤ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਇਸ ਤੋਂ ਇਲਾਵਾ ਨਿੰਜਾ ਆਪਣੀ ਅਦਾਕਾਰੀ ਨਾਲ ਵੀ ਦਰਸ਼ਕਾਂ ਦਾ ਮਨ ਮੋਹ ਚੁੱਕੇ ਨੇ ਦੱਸ ਦਈਏ ਕਿ ਬਹੁਤ ਜਲਦ ਨਿੰਜਾ ਫਿਲਮ ਰਾਜਾ ਰਾਣੀ ਵਿੱਚ ਦਿਖਾਈ ਦੇਣਗੇ ਇਹ ਫਿਲਮ 27 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ